ਰੱਬ ਜੀ ਨੂੰ ਪ੍ਰਸ਼ਨ ਰੱਬ ਜੀ ਤੁਸੀਂ ਤੁਹਾਡਾ ਸਭ ਕੁਝ ਬਣਾਇਆ ਠੀਕ ਹੈ ਪਰ ਇੱਕ ਦੋ ਗੱਲਾਂ ਹਨ ਜਿਹੜੀਆਂ ਸਮਝ ਨਹੀਂ ਆ ਰਹੀਆਂ ਪੁੱਛ ਲਵਾਂ ਰੱਬ ਜੀ ਤੁਸੀਂ ਜਨਾਨੀ ਨੂੰ ਇੰਨਾ ਸੋਹਣਾ ਕਿਉਂ ਬਣਾਇਆ ਹੈ ਸੋਹਣੀ ਇਸ ਲਈ ਬਣਾਈ ਹੈ ਤਾਂ ਕਿ ਤੈਨੂੰ ਚੰਗੀ ਲੱਗੇ ਰੱਬ ਜੀ ਜਨਾਨੀ ਨੂੰ ਸੋਹਣੀ ਬਣਾਉਣ ਦਾ ਕਾਰਨ ਤਾਂ ਸਮਝ ਆ ਗਿਆ ਹੈ ਪਰ ਤੁਸੀਂ ਇਹਨੂੰ ਇੰਨੀ ਮੂਰਖ ਕਿਉਂ ਬਣਾਇਆ ਮੂਰਖੇਸਲੀ ਬਣਾਇਆ ਤਾਂ ਕਿ ਤੂੰ ਵੀ ਉਹਨੂੰ ਚੰਗਾ ਲੱਗੇ ਧੰਨਵਾਦ ਮੂਰਤੀਕਾਰ ਕਲਾਕਾਰ ਅਣਖੀਲੇ ਹੁੰਦੇ ਹਨ ਉਹ ਆਪਣੀ ਕਲਾ ਦਾ અપਮਾਨ ਸਹਿ ਨਹੀਂ ਕਰਦੇ ਇੱਕ ਧਨਾੜੀ ਔਰਤ ਨੇ ਇੱਕ ਵੱਡੇ ਤੇ ਪ੍ਰਸਿੱਧ ਮੂਰਤੀਕਾਰ ਨੂੰ ਆਪਣੇ ਸਵਰਗਵਾਸੀ ਪਤੀ ਦਾ ਵੱਡ ਆਕਾਰੀ ਚਿਹਰਾ ਬਣਾਉਣ ਲਈ ਕਿਹਾ ਜਦੋਂ ਚਿਹਰਾ ਬਣ ਗਿਆ ਤਾਂ ਇਸਤਰੀ ਨੇ ਕਿਹਾ ਇੱਕ ਮਹੀਨਾ ਹੀ ਲੱਗਿਆ ਪਰ ਤੁਸੀਂ ਬਹੁਤ ਪੈਸੇ ਮੰਗ ਰਹੇ ਹੋ ਮੂਰਤੀਕਾਰ ਨੇ ਕਿਹਾ ਇਸ ਇੱਕ ਮਹੀਨੇ ਪਿੱਛੇ 50 ਸਾਲ ਦਾ ਅਭਿਆਸ ਹੈ ਇਸ ਨੂੰ ਇੱਕ ਮਹੀਨਾ ਨਹੀਂ ਬਣਾਉਣ ਵਾਸਤੇ 50 ਸਾਲ ਇੱਕ ਮਹੀਨਾ ਲੱਗਿਆ ਹੈ ਉਸ ਮੂਰਤੀਕਾਰ ਨੇ ਆਪਣੀ ਬਣਾਈ ਉਸ ਮੂਰਤੀ ਨੂੰ ਠੋਕਰ ਮਾਰੀ ਤੇ ਚੱਕਣਾ ਚੂਰ ਕਰ ਦਿੱਤਾ ਤੇ ਕਿਹਾ ਤੁਸੀਂ ਮੂਰਤੀ ਬਣਵਾਉਣ ਦੀ ਥਾਂ ਸਬਜ਼ੀ ਮੰਡੀ ਵਿੱਚੋਂ ਇੱਕ ਪੇਠਾ ਖਰੀਦ ਕੇ ਆਪਣੇ ਡਰਾਇੰਗ ਰੂਮ 'ਚ ਰੱਖ ਲੈਣਾ ਧੰਨਵਾਦ ਅਮਰ ਪਾਲੀ ਸਿਧਾਰਥ ਮਹਿਲ ਤਿਆਗ ਕੇ ਮੰਗਤਾ ਬਣਿਆ ਪਰ ਕਿਸੇ ਨੇ ਮੰਗਤਾ ਬਣਨ ਨਾ ਦਿੱਤਾ ਉਹ ਲੋਕਾਂ ਦੇ ਦਿਲਾਂ ਦਾ ਬਾਦਸ਼ਾਹ ਬਣਿਆ ਉਸਨੇ ਕਪਲ ਵਸਤੂ ਦਾ ਇੱਕ ਮਹਿਲ ਧਿਆ ਗਿਆ ਪਰ ਲੱਖਾਂ ਕਰੋੜਾਂ ਦਿਲਾਂ ਵਿੱਚ ਉਸ ਲਈ ਮਹਿਲ ਉੱਸਰ ਗਏ ਲੋਕਾਂ ਦੇ ਦਿਲ ਬੁੱਧ ਦੀਆਂ ਰਾਜਧਾਨੀਆਂ ਹਨ ਸੰਸਾਰ ਪਰ ਦੇ ਬੁੱਧੇ ਭਾਰਤ ਤੇ ਭਾਰਤੀਆਂ ਦਾ ਇਸ ਲਈ ਸਤਕਾਰ ਕਰਦੇ ਹਨ ਕਿਉਂਕਿ ਬੁੱਧ ਦਾ ਜਨਮ ਭਾਰਤ ਵਿੱਚ ਹੋਇਆ ਉਸ ਨੂੰ ਸਦੀਵੀ ਗਿਆਨ ਦੀ ਪ੍ਰਾਪਤੀ ਭਾਰਤ ਵਿੱਚ ਹੋਈ ਜਦੋਂ ਬੁੱਧ ਨੂੰ ਗਿਆਨ ਹੋ ਗਿਆ ਤਾਂ ਉਸ ਦੀ ਹਰ ਗੱਲ ਹਰ ਸ਼ਬਦ ਹਰ ਸੈਨਤ ਨਿਆਰੀ ਹੋ ਗਈ ਇੱਕ ਨਰਤਕੀ ਨੇ ਸ਼ਰਦਾ ਨਾਲ ਬੁੱਧ ਨੂੰ ਆਪਣੇ ਗ੍ਰਹਿ ਵਿਖੇ ਆਉਣ ਲਈ ਬੇਨਤੀ ਕੀਤੀ ਤੇ ਬੁੱਧ ਨੇ ਉਸ ਦਾ ਨਿਯੋਤਾ ਪ੍ਰਵਾਨ ਕਰ ਲਿਆ ਲਿਛਵੀ ਸਮਰਾਟ ਨਹੀਂ ਸੀ ਚਾਹੁੰਦਾ ਕਿ ਬੁੱਧ ਨਰਤਕੀ ਅਮਰਪਾਲੀ ਦੇ ਘਰ ਜਾਵੇ ਉਸ ਨੇ ਵੀ ਜਦੋਂ ਬੁੱਧ ਨੂੰ ਉਸੇ ਦਿਨ ਲਈ ਆਪਣੇ ਮਹਿ ਲਾਉਣ ਦਾ ਨਿਯੋਤਾ ਦਿੱਤਾ ਤਾਂ ਬੁੱਧ ਨੇ ਕਿਹਾ ਮਿੱਤਰ ਇਸ ਦਿਨ ਅਮਰਪਾਲੀ ਦੇ ਘਰ ਜਾਣਾ ਹੈ ਲਿਛਵੀ ਨੇ ਕਿਹਾ ਤਾਂ ਫਿਰ ਅਸੀਂ ਅਮਰਪਾਲੀ ਤੋਂ ਵੀ ਹੀਣੇ ਹੋ ਗਏ ਤੇ ਉਹ ਸਾਡੇ ਤੋਂ ਉੱਚੀ ਹੋ ਗਈ ਬੁੱਧ ਨੇ ਧੀਰਜ ਨਾਲ ਕਿਹਾ ਕੋਈ ਉੱਚਾ ਨੀਵਾਂ ਨਹੀਂ ਹੈ ਗੱਲ ਧਰਮ ਦੀ ਹੈ ਧਰਮ ਉੱਚਾ ਹੈ ਅਮਰਪਾਲੀ ਨੂੰ ਵਚਨ ਦਿੱਤਾ ਹੈ ਦਿੱਤੇ ਵਚਨ ਦਾ ਧਰਮ ਪਾਲਣਾ ਹੈ ਧਰਮ ਵੱਡਾ ਹੈ ਇਕਰਾਰ ਧਰਮ ਦੀ ਜੜ ਹੈ ਉਸ ਦਿਨ ਬੁੱਧ ਲਿਛਵੀ ਦੇ ਮਹਿਲ ਨਹੀਂ ਗਏ ਅਮਰਪਾਲੀ ਦੇ ਘਰ ਗਏ ਜਦੋਂ ਬੁੱਧ ਸੰਸਾਰ ਤੋਂ ਵਿਦਾ ਹੋਏ ਤਾਂ ਉਹਨਾਂ ਦੀ ਦੇਹ ਇੱਕ ਹਫਤਾ ਵਾਸਤੇ ਦਰਸ਼ਨਾਂ ਲਈ ਰੱਖੀ ਗਈ ਸੱਤੇ ਦਿਨ ਅਮਰਪਾਲੀ ਉੱਥੇ ਬਹਿ ਕੇ ਗਾਉਂਦੀ ਰਹੀ ਸ਼ਮਸ਼ਾਨ ਘਾਟ ਜਾਂਦੀਆਂ ਉਹ ਅੱਗੇ-ਅੱਗੇ ਸਾਰਾ ਰਸਤਾ ਨੱਚਦੀ ਰਹੀ ਉਸ ਉਪਰੰਤ અમરપાલી ਕਿਸੇ મહેਲ ਵਿੱਚ ਗੌਣ ਨੱਚਣ ਨਹੀਂ ਗਈ અમરપાલી બુદ્ધ ਦੀ મીરા ਸੀ ਧੰਨਵਾਦ ਕਿਸ ਨੂੰ ਲੋੜ ਜਦੋਂ ਮੈਂ ਪਰਸੰਨ ਸਾਂ ਤੁਸੀਂ ਮੇਰੇ ਨਾਲ ਨੱਚੀ ਸੀ ਜਦੋਂ ਮੈਂ ਉਦਾਸ ਸਾਂ ਤੁਸੀਂ ਹੀ ਮੇਰੇ ਅਥਰੂ ਪੂੰਝੇ ਸੀ ਜਦੋਂ ਮੈਂ ਗਵਾਚ ਗਿਆ ਸਾਂ ਤੁਸੀਂ ਮੈਨੂੰ ਠੀਕ ਰਾਹ ਵਿਖਾਇਆ ਸੀ ਤੁਸੀਂ ਕਿਹਾ ਸੀ ਨਵੇਂ ਰਾਹ ਉਹਨਾਂ ਨੂੰ ਹੀ ਲੱਭਦੇ ਹਨ ਜਿਹੜੇ ਗਵਾਚ ਜਾਂਦੇ ਹਨ ਜਦੋਂ ਮੈਂ ਅਸਫਲ ਹੋਇਆ ਤੁਸੀਂ ਕਿਹਾ ਸੀ ਆਪਣੀ ਯੋਗਤਾ ਵਿੱਚ ਭਰੋਸਾ ਰੱਖੋ ਜਦੋਂ ਮੇਰਾ ਮਨ ਸਾੜੇ ਧੀਰਖਾ ਨਾਲ ਭਰਿਆ ਹੋਇਆ ਸੀ ਤਾਂ ਤੁਸੀਂ ਸਾਵਧਾਨ ਕਰਦਿਆਂ ਕਿਹਾ ਸੀ ਨਿਆਂਪੂਰਨ ਅਤੇ ਦਇਆਵਨ ਬਣੋ ਜਦੋਂ ਮੈਨੂੰ ਦਰਦ ਹੋ ਰਿਹਾ ਸੀ ਤਾਂ ਤੁਸੀਂ ਮੈਨੂੰ ਸੁਆ ਕੇ ਮੇਰਾ ਦਰਦ ਲੈ ਗਏ ਸੀ ਜਦੋਂ ਮੈਂ ਬਹੁਤ ਗੁੱਸੇ ਵਿੱਚ ਸੀ ਤਾਂ ਤੁਸੀਂ ਕਿਹਾ ਸੀ ਕਿ ਮਰਨ ਦੀ ਮਰਜ਼ੀ ਹੈ ਤੁਸੀਂ ਗੁੱਸੇ ਨਾਲ ਬਰਬਾਦ ਹੋਣ ਤੋਂ ਪਹਿਲਾਂ ਮੈਨੂੰ ਸਬਰ ਤੇ ਖਿਮਾ ਨਾਲ ਭਰ ਦਿੱਤਾ ਸੀ ਜਦੋਂ ਮੈਂ ਪਿਆਰ ਕਰਨਾ ਭੁੱਲਿਆ ਤੁਸੀਂ ਪਿਆਰ ਕਰਕੇ ਕਿਹਾ ਐਵੇਂ ਕਰੀਦਾ ਹੈ ਜਦੋਂ ਮੈਂ ਥੱਕਿਆ ਹੋਇਆ ਸੀ ਤਾਂ ਤੁਸੀਂ ਮੈਨੂੰ ਹਿੰਮਤ ਅਤੇ ਸਾਹਸ ਨਾਲ ਭਰ ਦਿੱਤਾ ਸੀ ਜਦੋਂ ਮੈਂ ਯਤਨ ਕਰ ਰਿਹਾ ਸੀ ਤੁਸੀਂ ਕਿਹਾ ਸੀ ਆਪਣੀ ਜਿੱਤ ਵਿੱਚ ਨਿਸ਼ਚੇ ਨਾਲ ਯਤਨ ਕਰੋ ਤੁਸੀਂ ਮੈਨੂੰ ਸਫਲਤਾ ਵਿੱਚ ਨਿਮਾਣਾ ਬਣਨਾ ਸਿਖਾਇਆ ਸੀ ਮੇਰੀ ਹਾਰ ਵਿੱਚ ਤੁਸੀਂ ਮੇਰੀ ਪੱਤ ਰੱਖੀ ਸੀ ਜਦੋਂ ਮੈਂ ਡਿੱਗ ਪਿਆ ਸੀ ਤਾਂ ਤੁਸੀਂ ਮੈਨੂੰ ਉਠਾਇਆ ਹੀ ਨਹੀਂ ਸੀ ਅਸਮਾਨ ਵੀ ਵਿਖਾਇਆ ਸੀ ਤੇ ਕਿਆ ਸੀ ਉੱਥੇ ਪਹੁੰਚਣਾ ਹੈ ਜਦੋਂ ਮੈਂ ਉੱਚੇ ਗਗਨਾਂ ਚੁੜ ਰਿਆ ਸੀ ਤਾਂ ਤੁਸੀਂ ਯਾਦ ਕਰਵਾਇਆ ਸੀ ਕਿ ਥੱਲੇ ਧਰਤੀ ਨੂੰ ਨਹੀਂ ਭੁੱਲਣਾ हे ਪਰਮਾਤਮਾ ਤੁਹਾਨੂੰ ਮੇਰੀ ਲੋੜ ਨਹੀਂ ਮੈਨੂੰ ਤੁਹਾਡੀ ਲੋੜ ਹੈ ਕਿਸੇ ਵੀ ਹਾਲਤ ਵਿੱਚ ਮੇਰਾ ਤੁਹਾਡੇ ਬਿਨਾ ਗੁਜ਼ਾਰਾ ਨਹੀਂ ਧੰਨਵਾਦ ਸਿਆਣੀ ਵਿਕਾਸ ਕਰਨ ਦਾ ਅਵਸਰ ਹਰ ਕਿਸੇ ਨੂੰ ਮਿਲਦਾ ਹੈ ਪਰ ਲਾਭ ਉਠਾਉਣ ਦੀ ਯੋਗਤਾ ਸਮਰੱਥਾ ਤੇ ਸੂਝ ਨਾ ਹੋਣ ਕਰਕੇ ਮਿਲੇ ਹੋਏ ਅਵਸਰ ਅਜਾਈਂ ਚਲੇ ਜਾਂਦੇ ਹਨ ਇੱਕ ਲੜਕਾ ਆਪਣੇ ਪਿੰਡ ਤੋਂ ਕਈ ਮੀਲ ਦੂਰ ਸਕੂਲ ਚ ਪੜਨ ਜਾਂਦਾ ਸੀ ਉਹ ਲਾਇਕ ਤੇ ਹੁਨਾਰ ਸੀ ਉਸ ਦਾ ਅਧਿਆਪਕ ਜਾਣਦਾ ਸੀ ਕਿ ਉਸ ਵਿੱਚ ਵੱਡੇ ਅਹੁਦੇ ਤੇ ਪਹੁੰਚਣ ਦੀਆਂ ਸੰਭਾਵਨਾਵਾਂ ਸਨ ਤੇ ਜੀਵਨ ਵਿੱਚ ਕੁਝ ਬਣ ਕੇ ਉਹ ਵਾਲੇ ਦਿਵਾਲੀ ਦੀ ਨੁਹਾਰ ਬਦਲ ਸਕਦਾ ਸੀ ਸਕੂਲ ਦੇ ਇਮਤਿਹਾਨਾਂ ਦੇ ਨੇੜੇ ਇੱਕ ਵਾਰੀ ਉਸਤਾਦ ਅਧਿਆਪਕ ਉਹਦੇ ਘਰ ਗਿਆ ਤੇ ਪਿਤਾ ਨਾਲ ਉਹਦੇ ਪੁੱਤਰ ਦੇ ਚੰਗੇ ਭਵਿੱਖ ਦੀਆਂ ਗੱਲਾਂ ਕੀਤੀਆਂ ਤੇ ਕਿਹਾ ਕਿ ਉਹ ਚਾਹੁੰਦਾ ਸੀ ਕਿ ਆਉਣ ਜਾਣ ਵਿੱਚ ਸਮਾਂ ਅਜਾਈ ਗੁਆਣ ਤੋਂ ਬਚਾਉਣ ਲਈ ਲੜਕਾ ਉਹਦੇ ਘਰ ਰਹਿ ਕੇ ਤਿਆਰੀ ਕਰੇ ਅਧਿਆਪਕ ਨੇ ਸਾਰਾ ਖਰਚਾ ਆਪ ਬਰਦਾਸ਼ਤ ਕਰਨ ਦੀ ਪੇਸ਼ਕਸ਼ ਵੀ ਕੀਤੀ ਕੁਝ ਦਿਨਾਂ ਦੀ ਹੀ ਗੱਲ ਸੀ ਪਰ ਪਿਤਾ ਨੇ ਪਿੰਡ ਦੇ ਕਿਸੇ ਜਾਣੂ ਨਾਲ ਗੱਲ ਕੀਤੀ ਜਿਨੇ ਸਾਰੀ ਗੱਲ ਸੁਣ ਕੇ ਸਲਾਹ ਦਿੱਤੀ ਬਿਲਕੁਲ ਨਾ ਭੇਜੀ ਸਗੋਂ ਸਕੂਲੋਂ ਹੀ ਹਟਾ ਲੈ ਮਾਸਟਰ ਤੇਰੀ ਜ਼ਮੀਨ ਵੇਖ ਗਿਆ ਮੁੰਡਾ ਉਹਨੇ ਮੋੜਨਾ ਨਹੀਂ ਤੇ ਇਸ ਨਾਲ ਆਪਣੀ ਕੁੜੀ ਦਾ ਵਿਆਹ ਕਰ ਦਏਗਾ ਪਿਤਾ ਨੇ ਅਧਿਆਪਕ ਦੀ ਗੱਲ ਨਹੀਂ ਮੰਨੀ ਪਿੰਡ ਦੇ ਸਿਆਣੇ ਜਾਣੂ ਦੀ ਮੰਨ ਲਈ ਜਿਸ ਲੜਕੇ ਵਿੱਚ ਪੜ ਕੇ ਡਾਕਟਰ ਇੰਜੀਨੀਅਰ ਬਣੰਦੀਆਂ ਸੰਭਾਵਨਾਵਾਂ ਸਨ ਉਹ ਅੱਜਕੱਲ੍ਹ ਘਰ-ਘਰ ਜਾ ਕੇ ਪਾਣੀ ਦੀ ਮਿਲਾਵਟ ਵਾਲਾ ਦੁੱਧ ਪਾਉਂਦਾ ਹੈ ਧੰਨਵਾਦ